ਇਤੇ ਦਿਨੀ ਫਤਿਹਗੜ ਚੂੜੀਆਂ ਦੇ ਪਿੰਡ ਸਾਰਚੂੜ ਵਿੱਚ ਚੱਲ ਰਹੇ ਖੇਡ ਮੇਲੇ ਦੌਰਾਨ ਦੇਰ ਸ਼ਾਮ ਪਿੰਡ ਠੱਠੇ ਦੇ ਰਹਿਣ ਵਾਲੇ ਟਰੈਕਟਰ ਸਟੰਡਮੈਂਟ ਸੁਖਦੀਪ ਸਿੰਘ ਦੀ ਟਰੈਕਟਰ ਦੇ ਸਟੰਡ ਕਰਦੇ ਸਮੇਂ ਟਰੈਕਟਰ ਸੱਲਿਆਂ ਨਾਲ ਦਰਦਨਾਕ ਮੌਤ ਹੋ ਗਈ ਸੀ। ਘਟਨਾ ਪਿੱਛੇ ਸੁਖਮਨ ਦੇ ਘਰ ਵਿੱਚ ਸੋਗ ਦੀ ਲਹਿਰ ਸੀ ਇਸ ਮੌਕੇ ਜਦੋਂ ਸੁਖਮਨ ਦੇ ਪਰਿਵਾਰਕ ਮੈਂਬਰਾਂ ਅਤੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿਛਲੇ ਸੁਖਮਨ ਪਿਛਲੇ 10 ਸਾਲਾਂ ਤੋਂ ਟਰੈਕਟਰ ਦੇ ਸਟੰਡ ਕਰਦਾ ਆ ਰਿਹਾ ਹੈ ਸੁਖਮਨ ਸਿੱਧੂ ਮੂਸੇਵਾਲੇ ਦਾ ਫੈਨ ਸੀ ਜਦੋਂ ਉਸ ਦਿਨ ਘਰੋਂ ਗਿਆ ਤੇ ਮੂਸੇਵਾਲੇ ਦੀ ਸਟੋਰੀ ਆਪਣੀ ਫੇਸਬੁਕ ਆਈਡੀ ਤੇ ਪਾ ਕੇ ਗਿਆ ਉਹਨੇ ਕਿਹਾ ਕਿ ਉਸ ਨੂੰ ਕਈ ਵਾਰ ਐਸੇ ਸਟੰਡ ਕਰਦੇ ਰੁਕਿਆ ਸੀ ਪਰ ਉਹ ਹਮੇਸ਼ਾ ਕਹਿੰਦਾ ਸੀ ਕਿ ਇਹ ਉਸ ਦਾ ਸ਼ੌਂਕ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੇ ਸਟੰਡ ਤੇ ਰੋਗ ਲਗਾਉਣ ਦਾ ਜੋ ਫੈਸਲਾ ਲਿਆ ਹੈ ਉਹ ਬਹੁਤ ਹੀ ਚੰਗਾ ਹੈ ਇਸ ਨਾਲ ਕਈ ਮਾਵਾਂ ਦੇ ਪੁੱਤਾਂ ਦੀ ਜਾਨ ਬਚ ਜਾਵੇਗੀ ਮੇਂ ਛੋਟਾ ਜਿਹਾ ਹੁੰਦਾ ਸੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਨੂੰ ਆਪਣਾ ਛੋਟਾ ਭਰਾ ਮੰਨਦਾ ਹੁੰਦਾ ਸੀ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਸਟੰਟ ਕਰਦਾ ਸਟੰਟੇ ਮਤਲਬ 10 15 ਸਾਲ ਤੋਂ ਕਰਦਾ ਪਿਆ ਹੈ ਸਟੰਟ ਕਰਦਾ ਸੀ ਟੋਚਨ ਮੇਲੇ ਲਾਉਂਦਾ ਸੀ ਪੂਰੇ ਵਰਲਡ 'ਚ ਇਹਦਾ ਨਾਮ ਸੀ ਸੁਖਮਣ 15 75 ਦੇ ਨਾਲ ਜਾਣਿਆ ਬਹੁਤ ਦੂਰੋਂ ਦੂਰੋਂ ਵੀਰ ਨੂੰ ਫੋਨ ਆਉਂਦੇ ਸੀ ਪੁੱਛਦੇ ਸੀ ਹੀ ਟਰੈਕਟਰ ਕਿਵੇਂ ਤਿਆਰ ਕੀਤਾ ਤੂੰ ਕੀ ਕੀਤਾ ਇਹਦੇ ਵਿੱਚ ਬਹੁਤ ਜ਼ਿਆਦਾ ਮੈਂ ਗਰਾਊਂਡ ਦੇ ਵਿੱਚ ਸੀ ਮੈਂ ਵੀਡੀਓ ਸ਼ੂਟ ਕਰਦਾ ਪਿਆ ਸੀ ਮੇਰੀ ਬੈਕ ਸਾਈਡ ਤੋਂ ਜਾਂਦਾ ਹੈ ਵੀਰ ਮੈਨੂੰ ਕਹਿ ਸੁਗਮਣ ਇਹਨੂੰ ਵਾਜ ਦਿੱਤੀ ਇੱਕ ਪਰ ਇਹਨੇ ਨਹੀਂ ਸੁਣੀ ਇਹ ਜਾ ਕੇ ਆਪਣੇ ਖੱਬੇ ਹੱਥ ਦੇ ਨਾਲ ਬਾਹਰਲੀ ਬ੍ਰੇਕ ਨੂੰ ਦੱਬਦਾ ਆ ਤੇ ਜਿਹਦੇ ਕਾਰਨ ਟਰੈਕਟਰ ਇਹਦੇ ਵੱਲ ਨੂੰ ਆ ਗਿਆ ਤੇ ਇਹ ਟਰੈਕਟਰ ਦੇ ਨੀਚੇ ਚਲੇ ਗਿਆ ਜਿਹੜਾ ਮੁੱਖ ਮੰਤਰੀ ਨੇ ਫੇਰ ਲਿਆ ਠੀਕ ਲਿਆ ਮੰਨਦੇ ਆ ਕਿ ਹਾਂ ਸਾਡਾ ਭਰਾ ਤਾਂ ਚਲੇ ਗਿਆ ਸੀ ਦੁਨੀਆਂ ਤੋਂ ਰਹਿੰਦੀ ਦੁਨੀਆਂ ਤੱਕ ਉਹਦਾ ਨਾਮ ਰਹਿਣਾ ਪਰ ਅਹੀਂ ਕਹਿੰਨੇ ਵੀ ਹੋਰਾ ਮਾਵਾ ਦੇ ਪੁੱਤ ਬਾਜ ਜਸਦੀ ਘਰ ਵਾਲੀ ਆ ਉਸਦਾ ਬੇਟਾ ਵਾ ਮਾਤਾ ਵਾ ਇੱਕ ਭੈਣ ਆ ਦੋ ਭੈਣਾਂ ਨੇ ਤੇ ਇੱਕ ਭੈਣ ਵਿਆਹੀ ਹੈ ਇੱਕ ਇਹਨੂੰ 10 ਸਾਲ ਹੋ ਗਿਆ ਜੀ 10 ਸਾਲ ਤੋਂ ਪੁਰਾਣਾ ਸਰ ਕਰਦਾ ਸੀ ਮੈਂ ਦੇਖਿਆ ਸੀ ਮੈਂ ਤੇ ਉਹਨੂੰ ਬੇਟਾ ਨਾ ਖਤਰਨਾਕ ਕਾਲਿਆ ਛੱਡ ਦੇ ਪੁੱਤ ਛੱਡ ਦੇ ਖਤਮ ਨਾ ਗਿਆ ਮੈਂ ਬੜੀ ਵਾਰ ਨੂੰ ਸਮਝਾਇਆ ਹੈ ਵੀ ਨਾ ਇਹ ਕਰਿਆ ਕਰ ਹੈ ਆਂਦਾ ਹੈ ਮੈਨੂੰ ਡੈਡੀ ਜੀ ਮੇਰਾ ਇੱਕੋ ਇੱਕ ਪਿਆਰ ਆ ਮੈਂ ਇਹ ਕਰਨਾ ਕਰਨਾ ਵਾ ਮੇਰੀ ਇਹਦਾ ਸ਼ੌਂਕ ਆ ਸ਼ੌਂਕ ਦੀ ਖਾਤਰ ਮੈਂ ਜਾਣ ਗਿਆ ਵਾ ਮੈਂ ਅੰਦਰ ਬੈਠਾ ਵਾ ਬਾਹਰ ਨੇ ਸਵਾਗੇ ਮਾਰ ਕੇ ਟਰੈਕਟਰ ਧੋਤਾ ਟਰੈਕਟਰ ਧੋ ਕੇ ਪਾਕਪੋਕ ਬਣ ਕੇ ਤਿਆਰ ਹੋ ਕੇ ਗਿਆ ਮੇਰੇ ਡੈਡੀ ਜੀ ਐਨਕਾਂ ਨਹੀਂ ਦੇਖੀਆਂ ਮੈਂ ਭਲਾਣੇ ਦਾ ਪਈਆਂ ਨਹੀਂ ਲੈ ਲਾ ਐਨਕਾਂ ਲੈ ਕੇ ਤਿਆਰ ਹੋ ਕੇ ਐ ਵਧੀ ਆ ਜਦੇ ਨਾਲ 4 5 5 6 ਮੁੰਡੇ ਆ ਉਹ ਬੈ ਕੇ ਗਏ ਆ ਹੋਰ ਵੀ ਯਾਰ ਦੋਸਤਾਂ ਨੂੰ ਫੋਨ ਕੀਤਾ ਉਹ ਮੋਟਰਸਾਈਕਲ ਤੇ ਚੱਲ ਗਿਆ ਜਾ ਕੇ ਉਹ ਮੇਲੇ ਦੇ ਵਿੱਚ ਜਾ ਕੇ ਹਾਸਾ ਹੋਇਆ ਇਦਾਂ ਵੀ ਇਹ ਲੋਕਾਂ ਦੀ ਜਾਨ ਬਚਾਉਣ ਦੀ ਖਾਤਰ ਇਹਨੇ ਬ੍ਰੇਕ ਮਾਰੀ ਆ ਸੱਜੇ ਬਨੇ ਦੀ ਬ੍ਰੇਕ ਮਾਰੀ ਆ ਸੱਜੇ ਬਨੇ ਦੀ ਜਦੋਂ ਬ੍ਰੇਕ ਮਾਰੀ ਆ ਮਾਰੀ ਆਪਣੇ ਨਾਲ ਥੋੜੀ ਜਿਹੀ ਵੀ ਟਰੈਕਟਰ ਦਾ ਪਾਸਾ ਘੁੰਮ ਜਵੇ ਤੇ ਪਬਲਿਕ ਤੇ ਨਾ ਚੜੇ ਤੋਂ ਉਹ ਪਬਲਿਕ ਨੂੰ ਬਚਾਉਣ ਦੀ ਖਾਤਰ ਬ੍ਰੇਕ ਵੱਧ ਲੱਗ ਗਿਆ ਘੁੰਮ ਕੇ ਟਰੈਕਟਰ ਨੇ ਇਹਨੂੰ ਵਿੱਚ ਲੈ ਲਿਆ ਉਹ ਸਿੱਧੂ ਮੂਸੇਵਾਲੇ ਨਾਲ ਇਨਾ ਪਿਆਰ ਕਰਦਾ ਸੀ ਜਦੋਂ ਸਿੱਧੂ ਮੂਸੇਵਾਲਾ ਮਰਿਆ ਨਾ ਇਹਨੇ ਦੋ ਦਿਨ ਰੋਟੀ ਨਹੀਂ ਖਾਦੀ ਆਂਦਾ ਵੀ ਮੇਰਾ ਸੱਜਣ ਪੂਰਾ ਹੋ ਗਿਆ ਇਹ ਉਹਦੇ ਕੋਲ ਦੋ ਤਿੰਨ ਵਾਰਾਂ ਗਿਆ ਵਾ ਤੇ ਉਹ ਉਹਨਾ ਬੜਾ ਪਿਆਰ ਕਰਦਾ ਸੀ ਤੇ ਦੋ ਤਿੰਨ ਦਿਨ ਇਹਨੇ ਰੋਟੀ ਨਹੀਂ ਖਾਦੀ ਜਦੋਂ ਸਿੱਧੂ ਮੂਸੇਵਾਲਾ ਮਰਦਾ ਵਾ ਇਹ ਉਹਦਾ ਤਾਂ ਇੰਟਰਵਿਊ ਤਿਆਰ ਕਰਵਾਉਂਦਾ ਸੀ ਨਾਲ ਹੀ ਜਾਂਦਾ ਆਉਂਦਾ ਸੀ ਉਹਦੇ ਨਾਲ ਵੀ ਇਹਦੇ ਸਬੱਤ ਬਹੁਤ ਹੀ ਚੰਗੀ ਕਰ ਲਿਆ ਬਹੁਤ ਹੀ ਚੰਗੀ ਕਰ ਲਿਆ ਜੇਕਰ ਇਹ ਪਹਿਲੋਂ ਐਲਾਨ ਕੀਤਾ ਹੁੰਦਾ ਤੇ ਮੇਰਾ ਬੇਟਾ ਵੱਜ ਜਾਂਦਾ ਇਹ ਬਹੁਤ ਚੰਗੀ ਗੱਲ ਆ ਇਹ ਟਰੈਕਟਰ ਆ ਪੈੜੀ ਚ ਵਗਣੇ ਵਾਲੇ ਤੇ ਇਹ ਪੈੜੀ ਵਾਲੇ ਚਾਹੀਦੇ ਪੈੜੀ ਚ ਚਾਹੀਦੇ ਆ ਬੰਦ ਹੋਣਾ ਚਾਹੀਦਾ ਟੋਰਸ਼ਨ ਵੀ ਬੰਦ ਇਹ ਵੀ ਬੰਦ ਹੋਣੀ ਚਾਹੀਦੀ ਆ ਮੈਂ ਭਗਵੰਤ ਮਾਨ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦਾ ਵਾ ਜਿਨ੍ਹਾਂ ਇਹ ਐਲਾਨ ਕੀਤਾ ਬਹੁਤ ਚੰਗੀ ਗੱਲ ਆ